ਸਦੋ ਜੀ ਦੇ ਸਪੁੱਤਰ ਕੁਲਦੀਪ ਸਿੰਘ ਜੀ ਲਾਡੀ ਵੀਰ ਜੀ ਜੋ ਕਿ ਪੂਰੀਆਂ ਪੂਰੀ ਮਨਜਿੰਦਰ ਪਾਲ ਕੌਰ ਭੈਣ ਜੀ ਨੇ ਹੋਰ ਉਹਨਾਂ ਦੀਆਂ ਬਾਹਾਂ ਨੇ ਇਹਨਾਂ ਤਿੰਨਾਂ ਵੱਲੋਂ ਜੋ ਚਲਦੇ ਕੀਰਤਨ ਚ ਰਵਿੰਦਰ ਸਿੰਘ ਬੁਲਾਰੀਆ ਜੀ ਆਏ ਨੇ ਇੰਦਰਵੀਰ ਜੀ ਲਾਈ ਦਾ ਨਾਂ ਲਿਆ ਗਿਆ ਜੀ ਆਇਆ ਨੇ ਜੀ ਚੱਲ ਰਿਹਾ ਲਾਈਵ ਇਹਨਾਂ ਚਿਰ ਬੈਠਣਗੇ ਵਧੀਆ ਸਾਰਾ ਸਤਿਕਾਰ ਹੋਊਗਾ ਇੱਕ ਘਰ ਦੀ ਟੋਕਰੀ ਕੀ ਹੈ ਜੀ ਜਿੰਦ ਮੇਰੀਏ ਬੜੀ ਉਹ ਤੋਗਣ ਕਿਆ ਤੁਝ ਮੈਂ ਭਵਰ ਨਾ ਬੈਠੇ ਪਾਸ ਤੇ ਕਹਿੰਦੇ ਚੰਪਾ ਦਾ ਫੁੱਲ ਹੱਸ ਪਿਆ ਰਸੀਆ ਮੁਝ ਮੈਂ ਤੀਨ ਗੁਣ ਉਹ ਸਾਧ ਨੂੰ ਰਸੀਆ ਖੁਸ਼ਬੋ ਵੀ ਤੇ ਇਹ ਰਸੀਆ ਮਾ ਅਗਲੇ ਆਂਦੇ ਲਿੰਕ ਤੇ ਜਿਆ ਕਰੋ ਭਾਈ ਸਾਹਿਬ ਜੀ ਤੁਸੀਂ ਆਕਸੀਜਨ ਕੈਂਪ ਲਾ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਇਹ ਹੋ ਜਾਣਗੇ ਸਾਰੇ ਜਿਹੜੀ ਬਾਹਰ ਦੀ ਸੰਸਥਾ ਸਿੱਖ ਏਡ ਫਾਊਂਡੇਸ਼ਨ ਮਦਦ ਕਰ ਰਹੀ ਹੈ ਸਹਿਯੋਗ ਉਹ ਸਾਰੀ ਵਿਉਂਤ ਬਣਾ ਰਹੇ ਫਾਰਮ ਬਣਾ ਰਹੇ ਨੇ ਪਹਿਲੇ ਫੋਨ ਆਏਗਾ ਜਿਹਨੂੰ ਆਕਸੀਜਨ ਲੋੜ ਹੈ ਫੋਨ ਆਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਫਾਰਮ ਭੇਜਾਂਗੇ ਉਹ ਡਾਕਟਰ ਰਾਜਪਾਲ ਸਿੰਘ ਨੇ ਗੁਰਮੁਖ ਪਿਆਰੇ ਸਹਿਜ ਪਾਠ ਵਾਲੇ ਉਹਨਾਂ ਦੀ ਡਿਊਟੀ ਥੱਲੇ 6 ਬੰਦਿਆਂ ਦੀ ਬਣ ਰਹੀ ਹੈ ਟੀਮ ਜਿਹੜੀ 4-4 ਘੰਟੇ ਫੋਨ ਸੁਣੇਗੀ ਉਹ ਸਾਰਾ ਭੇਜਣਗੇ ਡਾਕਟਰ ਸਾਹਿਬ ਨੂੰ ਰਿਪੋਰਟਾਂ ਮਰੀਜ਼ ਦੀਆਂ ਫਿਰ ਉਹ ਪਹਿਲੇ ਲੈਵਲ ਦੀ ਆਕਸੀਜਨ ਘੱਟ ਰਹੀ ਕਿ ਦੂਜੇ ਦੀ ਕਿ ਤੀਜੇ ਦੀ ਉਹ ਡਾਕਟਰ ਸਾਹਿਬ ਦੱਸਣਗੇ ਜਿਹੜਾ ਦੂਜੇ ਲੈਵਲ ਦਾ ਮਰੀਜ਼ ਹੋਏਗਾ 88 ਤੋਂ 94 ਤੱਕ ਦਾ ਉਹਦੇ ਘਰ ਇੱਕ ਕੰਸਲਟੇਟਰ ਭੇਜਿਆ ਜਾਏਗਾ ਅਤੇ ਪਹਿਲੇ ਵਾਲੇ ਨੂੰ ਨਹੀਂ ਲੋੜ ਜਿਹਦੀ 95 ਤੋਂ 96 ਤੋਂ ਉੱਤੇ ਆ ਜਿਹੜਾ ਥੱਲੇ ਆ ਬਹੁਤ ਉਹਨੂੰ ਹਸਪਤਾਲ ਲਈ ਗਾਈਡ ਕੀਤਾ ਜਾਏਗਾ ਔਰ ਸਾਡੇ ਡਾਕਟਰ ਸੱਲੋ ਜੀ ਕਿੱਥੇ ਗਏ ਆਹ ਲਾਡੀ ਸੱਲੋ ਜੀ ਇਹ ਇਹਨਾਂ ਦੇ ਅੰਡਰ ਡਾਕਟਰ ਕੁਲਤਾਰ ਸਿੰਘ ਦੇ ਅੰਡਰ ਇਹ ਡਾਕਟਰਾਂ ਦੀ ਸਾਰੀ ਟੀਮ ਬਣੇਗੀ ਜਿਹੜੇ 8-10 ਮੁੰਡੇ ਇੱਥੋਂ ਦੇ ਇਹ ਵੀ ਡਾਕਟਰ ਸਾਹਿਬ ਖੜ੍ਹੇ ਨੇ ਕੀ ਨਾਂ ਇਹਨਾਂ ਦਾ ਸਤਵੀਰ ਸਿੰਘ ਜੀ ਕੁਲਤਾਰ ਸਿੰਘ ਜੀ ਕੁਲਦੀਪ ਸਿੰਘ ਜੀ ਸੱਲੋ ਇਹਨਾਂ ਸਾਰਿਆਂ ਦੇ ਅੰਡਰ ਜਿਹੜੇ ਘਰਾਂ ਵਿੱਚ ਲਾ ਕੇ ਆਉਣਗੇ ਮੁੰਡੇ ਉਹਨਾਂ ਨੂੰ ਫਿਰ ਪੂਰਾ ਟ੍ਰੇਨਡ ਕੀਤਾ ਜਾਏਗਾ ਜਿਹਨਾਂ ਨੇ ਲਾ ਕੇ ਆਉਣਾ ਘਰਾਂ ਵਿੱਚ ਜਾ ਕੇ ਅਤੇ ਬੜੀ ਸੋਹਣੀ ਵਿਉਂਤ ਬਣਾਈ ਹੈ ਸਿੱਖ ਏਡ ਫਾਊਂਡੇਸ਼ਨ ਨੇ ਬੀਬੀ ਕੋਲਾ ਭਲਾਈ ਕੇਂਦਰ ਨੇ ਸਹਿਜ ਪਾਠ ਸੇਵਾ ਨੇ ਵੀ ਸਹੀ ਬੰਦੇ ਤੱਕ ਉਹ ਚੀਜ਼ ਜਿਹੜੀ ਆ ਉਹ ਪਹੁੰਚੇ ਅਤੇ ਇਹ ਅਸੀਂ 1-2 ਦਿਨ ਤੱਕ ਸਾਰੇ ਫਾਰਮ ਵਗੈਰਾ ਸੋਫਟਵੇਅਰ ਬਣ ਰਹੇ ਆ ਉਸ ਤੋਂ ਬਾਅਦ ਆਕਸੀਜਨ ਦਾ ਕੰਮ ਸ਼ੁਰੂ ਹੋ ਜਾਏਗਾ ਗੁਰੂ ਸਾਹਿਬ ਆਪ ਕਿਰਪਾ ਕਰਨ ਕਿਸੇ ਨੂੰ ਨਾ ਹੀ ਲੋੜ ਪਵੇ ਪਰ ਕੋਈ ਇਹ ਨਾ ਕਹੇ ਆਕਸੀਜਨ ਖਣੋਂ ਆਪਾਂ ਪ੍ਰੋਬਲਮ ਆਈ ਹੈ ਇਹ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਫਿਰ ਦੁਬਾਰਾ ਸੱਦਾ ਦੇਣਾ ਅਸੀਂ ਕੱਲ੍ਹ ਪਰਸੋਂ ਜਦੋਂ ਇਹਦੀ ਸ਼ੁਭ ਆਰੰਭਤਾ ਕਰਾਂਗੇ